ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਦੀ ਤਰਫੋਂ ਕੋਰਟ ਕੰਪਲੈਕਸ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਤੇ ਦੱਸ ਦਈਏ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਨੋਦ ਧੀਮਾਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਡੀਸੀ ਆਦਿਤਯ ਉਪਲ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਥਿੰਦਰਪਾਲ ਸਿੰਘ ਖੁਰਮੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਦੱਸ ਦਈਏ ਮੀਟਿੰਗ ਵਿਚ ਬਾਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਖਪਤਕਾਰ ਫਾਰਮ ਵਿਚ ਦਫ਼ਤਰ ਦਾ ਪ੍ਰਬੰਧ ਕਰਨ ਅਤੇ ਵਕੀਲਾਂ ਨੂੰ ਪ੍ਰਸ਼ਾਸਨਿਕ ਕੋਟੇ ਦੇ ਵਿਚ ਪੂਰਾ ਮਾਨ ਸਨਮਾਨ ਦੇਣ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਵਿਨੋਦ ਧੀਮਾਨ ਨੇ ਵੀ ਕਿਹਾ ਹੈ ਕਿ ਸਮੂਹ ਵਕੀਲਾਂ ਦੀ ਤਰਫੋਂ ਖਪਤਕਾਰ ਫਾਰਮ ਦੇ ਲਈ ਢੁਕਵੀਂ ਥਾਂ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਵੇ ਤਾਂ ਜੋ ਖਪਤਕਾਰ ਫਾਰਮ ਦਾ ਕੰਮ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਚੱਲ ਸਕੇ। ਉਨ੍ਹਾਂ ਦੱਸਿਆ ਹੈ ਕਿ ਡੀਸੀ ਦੇ ਅਧੀਨ ਰੈਵਨਿਊ ਸਮੇਤ ਅਤੇ ਅਦਾਲਤਾਂ ਨੇ ਤੇ ਵਕੀਲਾਂ ਨੂੰ ਉਨ੍ਹਾਂ ਵਿਚੋਂ ਪੂਰਾ ਮਾਨ ਸਨਮਾਨ ਸਤਿਕਾਰ ਮਿਲਣਾ ਚਾਹੀਦਾ ਹੈ। ਵਕੀਲਾਂ ਦੇ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ ਤੇ ਉਨ੍ਹਾਂ ਨੇ ਕਿਹਾ ਹੈ ਕਿ ਇਹ ਪਹਿਲ ਦੇਣੀ ਵੀ ਚਾਹੀਦੀ ਹੈ ਤੇ ਕੋਰਟ ਰੂਮ ਵਿਚ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਉੱਥੇ ਹੀ ਡੀਸੀ ਆਦਿਤਯ ਉਪਲ ਨੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਅਤੇ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ। ਪਠਾਨਕੋਟ ਹੈਜ਼ ਕਾਲਡ ਡਿਪਟੀ ਕਮਿਸ਼ਨਰ ਪਠਾਨਕੋਟ ਟੂ ਓਨਰ ਦੀ ਡਿਪਟੀ ਕਮਿਸ਼ਨਰ ਪਠਾਨਕੋਟ ਐਂਡ ਦੀ ਬਾਰ ਹੈ ਆਲਸੋ ਕਾਲਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼੍ਰੀ ਜਤਿੰਦਰਪਾਲ ਸਿੰਘ ਜੀ ਖੁਰਮੀ, ਡਿਪਟੀ ਕਮਿਸ਼ਨਰ ਵਾਈ ਦੀ ਚੀਫ ਗੈਸਟ ਐਂਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਾਰ ਦੀ ਗੈਸਟ ਆਫ ਓਨਰ ਟੂਡੇ ਇਨ ਦੀ ਮੀਟਿੰਗ। ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੁਲਾਉਣ ਦਾ ਇਹੀ ਪਰਪਜ ਹੀ ਓਨਰ ਕਰਨ ਦਾ ਕਿ ਦੀ ਬਾਰ ਹੈ ਸਰਟਨ ਪ੍ਰੋਬਲਮ, ਵਨ ਆਫ ਦੈਮ ਬਿਗ ਪ੍ਰੋਬਲਮ ਐਂਡ ਮੇਜਰ ਪ੍ਰੋਬਲਮ ਇਜ ਟੂ ਸੈਟ ਅਪ ਕੰਜ਼ੂਮਰ ਫੋਰਮ ਕੋਰਟ ਐਂਡ ਟੂ ਪ੍ਰੋਵਾਈਡ ਪ੍ਰੋਪਰ ਅਕੋਮੋਡੇਸ਼ਨ ਫਾਰ ਦੈਟ ਕੋਰਟ। ਤੋ ਦੇਅਰ ਵਾਰ ਅਦਰ ਡਿਮਾਂਡ ਆਫ ਦੀ ਡੀ ਬੀ ਏ ਪਠਾਨਕੋਟ, ਦੀ ਡਿਪਟੀ ਕਮਿਸ਼ਨਰ ਪਠਾਨਕੋਟ ਹੈਜ਼ ਗਿਵਨ ਐਸ਼ੋਰੈਂਸ ਟੂ ਐਡਰੈਸ ਦੀ ਪ੍ਰੋਬਲਮ ਆਫ ਦੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪਠਾਨਕੋਟ ਸ਼ਾਰਟਲੀ। ਥੈਂਕ। ਅੱਜ ਬੈਂਚ ਔਰ ਬਾਰ ਦੀਆਂ ਕਈ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਐਡਵੋਕੇਟਸ ਦੀਆਂ ਉੱਥੇ ਜਾਂਦੇ ਹਾਂ ਅਸੀਂ ਡਿਸਟ੍ਰਿਕਟ ਕੋਰਟ ਦੇ ਵਿੱਚ, ਜਿੱਦਾਂ ਕਿ ਪਾਰਕਿੰਗ ਦੀ ਪ੍ਰੋਬਲਮ ਹੈ ਸਾਡੇ ਬਾਰ ਕੰਪਲੈਕਸ ਦੇ ਵਿੱਚ, ਵਕੀਲਾਂ ਨੂੰ ਜਿਹੜੇ ਚੈਂਬਰਸ ਦੀ ਪ੍ਰੋਬਲਮ ਹੈ, ਉਸ ਵਾਸਤੇ ਆਪਸ 'ਚ ਬੈਂਚ ਐਂਡ ਬਾਰ ਦੇ ਐਗਜੈਕਟਿਵ ਦੇ ਆਪਸ 'ਚ ਰਿਲੇਸ਼ਨ ਅੱਛੇ ਹੋਣ ਔਰ ਜਿਲ੍ਹੇ ਐਡਵੋਕੇਟ ਜਾਣ ਤਾਂ ਉਹਨਾਂ ਨੂੰ ਅੱਛਾ ਉੱਥੇ ਮਾਨ ਸਨਮਾਨ ਮਿਲੇ, ਇਸ ਵਾਸਤੇ ਮੀਟਿੰਗ ਹੋਈ ਹੈ ਔਰ ਆਪਸ 'ਚ ਇੰਟਰੈਕਸ਼ਨ ਵਾਸਤੇ ਹੈ। ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਬੜੀ ਅੱਛੀ ਤਰ੍ਹਾਂ ਸਾਨੂੰ ਸੁਣਿਆ ਔਰ ਸੈਸ਼ਨ ਜੱਜ ਸਾਹਿਬ ਨੇ ਵੀ ਬੜੀ ਅੱਛੀ ਤਰ੍ਹਾਂ ਸੁਣਿਆ ਔਰ ਆਪਣੇ ਵਿਚਾਰ ਰੱਖੇ ਨੇ, ਬੜਾ ਹੀ ਅੱਛਾ ਲੱਗਿਆ। ਇੰਟਰੈਕਸ਼ਨ ਹੋਣੀ ਚਾਹੀਦੀ ਹੈ ਔਰ ਸਾਡੇ ਅਗਲੇ ਆਉਣ ਵਾਲੇ ਯੂਨੀਅਰਸ ਹੈ ਉਹਦੇ ਵਾਸਤੇ ਚੈਂਬਰਸ ਦੀ ਵਿਵਸਥਾ ਹੋਣੀ ਚਾਹੀਦੀ ਹੈ, ਪਾਰਕਿੰਗ ਦੀ ਹੋਣੀ ਚਾਹੀਦੀ ਹੈ, ਕੰਜ਼ੂਮਰ ਕੋਰਟ ਦੀ ਹੀ ਕੰਜ਼ੂਮਰ ਕੋਰਟ ਇੱਥੇ ਹੋਣਾ ਚਾਹੀਦਾ ਜਿਹੜਾ ਕਿ ਉੱਥੇ ਪੁਰਾਣੇ ਜੈਲ ਘਰ ਜਾ ਕੇ ਜਿੱਥੇ ਕਿ ਪਾਰਕਿੰਗ ਦੀ ਸੁਵਿਧਾ ਨਹੀਂ ਹੈ, ਵਕੀਲਾਂ ਦਾ ਟਾਈਮ ਬਹੁਤ ਵੇਸਟ ਹੁੰਦਾ, ਇਸ ਕਾਰਨ ਇੱਥੇ ਕੀਤਾ ਗਿਆ ਕਿ ਇੱਥੇ ਸਾਡੇ ਨਾਲ ਹੀ ਲੱਗਦੀ ਅਡਜੋਇਨ ਜਗ੍ਹਾ ਦੇ ਵਿੱਚ ਹੋਵੇ। ਡਿਪਟੀ ਕਮਿਸ਼ਨਰ ਸਾਹਿਬ ਨੇ ਸਾਡੀਆਂ ਮੰਗਾਂ ਜਿਹੜੀਆਂ ਬੜੀਆਂ ਅੱਛੀ ਤਰ੍ਹਾਂ ਸੁਣੀਆਂ ਨੇ, ਪ੍ਰਧਾਨ ਜੀ ਨੇ, ਸਾਡੇ ਸੀਨੀਅਰ ਮੈਂਬਰਸ ਜਿਹੜੇ ਨੇ ਸ਼ੁਕਲਾ ਜੀ, ਰਮਨਪੁਰੀ ਜੀ, ਐਮ ਐਸ ਠਾਕਰ ਜੀ, ਸੰਜੀਵ ਮਹਾਜਨ ਜੀ, ਸਤੀਸ਼ ਸੈਣੀ ਜੀ, ਉਹ ਸਾਰਿਆਂ ਯੂਨੀਅਰਸ ਮੈਂਬਰ ਨੇ ਵੀ ਸਾਰੇ ਆਪਣੇ, ਰਾਜਦੀਪ ਨੇ, ਹੋਰ ਸਾਰਿਆਂ ਨੇ ਆਪਣੇ ਆਪਣੇ ਦੱਸੇ ਨੇ, ਵਿਚਾਰ ਰੱਖੇ ਨੇ ਔਰ ਬੜੀ ਅੱਛੀ ਤਰ੍ਹਾਂ ਸੁਣੇ ਨੇ ਉਹਨਾਂ ਨੇ। ਔਰ ਡਿਪਟੀ ਕਮਿਸ਼ਨਰ ਸਾਹਿਬ ਮੈਂ ਦੇਖਿਆ ਵੀ ਕਾਫੀ ਦੇਰ ਤੋਂ ਬਾਅਦ ਐਸੇ ਅੱਛੇ ਅਫਸਰ ਆਏ ਨੇ ਜਿਹੜੇ ਕਿ ਸਾਰੀ ਪਬਲਿਕ ਦੀ ਵੀ ਸੁਣਦੇ ਨੇ ਔਰ ਵਕੀਲਾਂ ਦੀ ਗੱਲ ਵੀ ਬੜੀ ਅੱਛੀ ਤਰ੍ਹਾਂ ਸੁਣਦੇ ਨੇ, ਮਾਨ ਸਨਮਾਨ ਦਿੰਦੇ ਨੇ। ਸਾਡੀ ਇਹ ਵੀ ਇੱਕ ਮੰਗ ਸੀ ਕਿ ਬਾਕੀ ਜਿਹੜੀ ਲੋਅਰ ਉੱਥੇ ਜਿਹੜੇ ਐਗਜੈਕਟਿਵ ਦੇ ਵਿੱਚ ਐਸ ਡੀ ਐਮ ਸਾਹਿਬ ਜਾਂ ਨੀਚੇ ਜਿਹੜੇ ਆ ਉੱਥੇ ਵੀ ਸਾਡੇ ਵਕੀਲਾਂ ਦੇ ਵਾਸਤੇ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ। ਇੱਕ ਜਿੱਦਾਂ ਜਿੱਦਾਂ ਇੱਕ ਬਾਰ ਰੂਮ ਇੱਥੇ ਆ, ਉੱਦਾਂ ਹੀ ਇੱਕ ਬੇਟਿੰਗ ਰੂਮ ਜਿਹੜਾ ਸਾਡੇ ਵਕੀਲਾਂ ਵਾਸਤੇ ਉੱਥੇ ਹੋਣਾ ਚਾਹੀਦਾ। ਇਹ ਵੀ ਸਾਡੇ ਡਿਮਾਂਡ ਸਾਡੇ ਸੀਨੀਅਰ ਜੀ ਨੇ ਰੱਖੀ ਹੈ ਔਰ ਉਹਨਾਂ ਬੜੀ ਅੱਛੀ ਤਰ੍ਹਾਂ ਸੁਣੀ ਹੈ ਅਤੇ ਜਲਦੀ ਤੋਂ ਜਲਦੀ ਹੀ ਉਹ ਐਕਸ਼ਨ ਲੈਣਗੇ ਔਰ ਕੰਮ ਕਰਨਗੇ।
ਮੈਨੂੰ ਪੂਰਾ ਵਿਸ਼ਵਾਸ ਹੈ ਔਰ ਮੈਂ ਫਿਰ ਡਿਪਟੀ ਕਮਿਸ਼ਨਰ ਸਾਹਿਬ ਦਾ ਸਹਿਜਾ ਸਾਹਿਬ ਇੱਥੇ ਆਉਣ 'ਤੇ ਧੰਨਵਾਦ ਕਰਨਾ। ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੱਲੋਂ ਇੱਕ ਇਨਵੀਟੇਸ਼ਨ ਐਕਸਟੈਂਡਡ ਸੀਗਾ ਕਿ ਆਲ ਦੀ ਮੈਂਬਰਸ ਜਿਹੜੇ ਹੈਗੇ ਨੇ ਬਾਰ ਦੇ ਉਹਨਾਂ ਦੇ ਨਾਲ ਇੱਕ ਮੀਟਿੰਗ ਕਮ ਯੂ ਨੋ ਟੀ ਦੇ ਉੱਪਰ ਡਿਸਕਸ਼ਨ ਦੀ ਪ੍ਰਪੋਜ਼ਲ ਸੀਗੀ ਅਤੇ ਉਹ ਅੱਜ ਬੜੀ ਵਧੀਆ ਸਾਡੀ ਮੀਟਿੰਗ ਰਹੀ ਹੈ। ਵੱਖ ਵੱਖ ਜਿਹੜੇ ਇਸ਼ੂਜ਼ ਨੇ ਡਿਸਟ੍ਰਿਕਟ ਕੋਰਟਸ ਨੂੰ ਲੈ ਕੇ ਅਤੇ ਉਸ ਤੋਂ ਇਲਾਵਾ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਜੋ ਇਸ਼ੂਜ਼ ਸੀਗੇ ਵਕੀਲ ਸਾਹਿਬਾਨ ਦੇ ਉਹਨਾਂ ਦੇ ਉੱਪਰ ਥਰੋ ਡਿਸਕਸ਼ਨ ਹੋਈ ਹੈ। ਸਾਰਿਆਂ ਨੇ ਆਪਣੇ ਆਪਣੇ ਵਿਊ ਪੁਆਇੰਟਸ ਰੱਖੇ ਨੇ ਅਤੇ ਸੈਸ਼ਨ ਜੱਜ ਸਾਹਿਬ ਅਤੇ ਮੈਂ ਵੀ ਯੂਅਰ ਆਲ ਔਨ ਦਾ ਸੇਮ ਪੇਜ ਅਤੇ ਜੋ ਵੀ ਇਹਨਾਂ ਇਸ਼ੂਜ਼ ਨੇ ਇਹਨਾਂ ਨੂੰ ਆਪਾਂ ਜਲਦ ਤੋਂ ਜਲਦ ਇਹਨਾਂ ਦਾ ਹੱਲ ਕਰਾਂਗੇ। ਥੈਂਕ ਯੂ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।